ਸਤਿ ਸ਼੍ਰੀ ਅਕਾਲ ਜੀ, ਆਦਾਬ ਜੀ ਆਇਆਂ ਨੂੰ। ਇੱਕ ਵਾਰੀ ਫਿਰ ਤੋਂ ਸਵਾਗਤ ਕਰਦੇ ਹਾਂ ਤੁਹਾਡਾ NRI ਮੈਰਿਜ ਬਿਊਰੋ ਦੇ ਖਾਸ ਪ੍ਰੋਗਰਾਮ ਦੇ ਵਿੱਚ, ਜਿੱਥੇ ਅਸੀਂ ਤੁਹਾਡੇ ਲਈ ਚੰਗੇ ਰਿਸ਼ਤਿਆਂ ਨੂੰ ਲੱਭਣ ਦਾ ਸੌਖਾ ਰਾਹ ਲੈ ਕੇ ਆਉਂਦੇ ਹਾਂ। ਅੱਜ ਵੀ ਤੁਹਾਡੇ ਹਰ ਸਵਾਲ ਦਾ ਜਵਾਬ ਦਿੱਤਾ ਜਾਏਗਾ, ਤਾਂ ਜੋ ਤੁਹਾਨੂੰ ਚੰਗੇ ਰਿਸ਼ਤੇ ਲੱਭਣ ਦੇ ਵਿੱਚ ਕੋਈ ਪਰੇਸ਼ਾਨੀ ਨਾ ਆਵੇ। ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਕਰੀਨ 'ਤੇ ਦਿੱਤੇ ਨੰਬਰਾਂ 'ਤੇ, ਅਤੇ ਤੁਹਾਡੇ ਮਨਾਂ ਦੇ ਵਿੱਚ ਜਿਹੜੀ ਵੀ ਕੋਈ ਕੁਐਰੀ ਹੈ ਉਸਦੇ ਅਸੀਂ ਤੁਹਾਨੂੰ ਹੱਲ ਦੱਸਾਂਗੇ। ਸੋ ਸਾਡੇ ਵੀਵਰਸ ਆਪਣੀਆਂ ਕੁਐਰੀਜ਼ ਦੇ ਲਈ ਸਾਨੂੰ ਕਾਲ ਕਰ ਸਕਦੇ ਨੇ ਜੀ। ਅਗਲੇ ਕਾਲਰ ਵੀ ਸਾਡੇ ਨਾਲ ਜੁੜ ਚੁੱਕੇ ਨੇ ਜੀ, ਗੱਲ ਕਰਦੇ ਉਹਨਾਂ ਨਾਲ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਅਮਰਜੀਤ ਸਿੰਘ ਬੋਲ ਰਿਹਾ ਜੀ, ਦੁਬਈ ਤੋਂ। ਜੀ ਅਮਰਜੀਤ ਜੀ, ਸਾਡੇ ਨਾਲ ਜੁੜਨ ਦੇ ਤੁਹਾਡਾ ਵੈਲਕਮ ਕਰਦੇ ਹਾਂ ਜੀ। ਹਾਂਜੀ, ਮੇਰਾ ਭਰਾ ਹੈ ਇੰਡੀਆ ਦੇ ਵਿੱਚ, ਸਾਡੀ ਆਪਣੀ ਪਾਲੀ ਹੈ ਪੰਜਾਬ 'ਚ। ਜੀ, ਮੇਰੇ ਭਰਾ ਲਈ ਰਿਸ਼ਤਾ ਚਾਹੀਦਾ ਕਿਸੇ ਵਧੀਆ ਮਰਦ ਤੋਂ। ਹਾਂਜੀ, ਕਹਿੰਦਾ ਨੇ ਮੈਰੀ ਬਿਊਰੋ ਇੰਡੀਆ ਬੈਠੇ ਮੁੰਡਿਆਂ ਦੇ ਰਿਸ਼ਤੇ ਕਰਵਾ ਸਕਦਾ ਜਾਂ ਸਿਰਫ ਬਾਹਰ ਵਾਲੇ ਦੇ ਰਿਸ਼ਤੇ ਕਰਵਾਉਂਦੇ ਹੋ? ਅਮਰਜੀਤ ਜੀ, NRI ਮੈਰਿਜ ਬਿਊਰੋ ਪੂਰੀ ਦੁਨੀਆ ਦੇ ਵਿੱਚ ਵਰਕ ਕਰ ਰਿਹਾ ਜੀ। ਅਸੀਂ ਸੰਸਾਰ ਦੇ ਲਗਭਗ ਹਰ ਦੇਸ਼ ਦੇ ਰਿਸ਼ਤਿਆਂ ਲਈ ਡੀਲ ਕਰਦੇ ਹਾਂ। ਇੰਡੀਆ ਤੋਂ ਵੀ ਹੁਣ ਤੱਕ ਅਸੀਂ ਹਜ਼ਾਰਾਂ ਲੜਕੇ ਲੜਕੀਆਂ ਦੇ ਰਿਸ਼ਤੇ ਕਰਵਾ ਚੁੱਕੇ ਹਾਂ, ਜੋ ਖੁਦ ਇੰਡੀਆ ਦੇ ਵਿੱਚ ਰਹਿੰਦੇ ਨੇ ਅਤੇ ਕਿਸੇ ਬਾਹਰਲੀ ਕੰਟਰੀ ਤੋਂ ਆਪਣਾ ਰਿਸ਼ਤਾ ਲੱਭ ਰਹੇ ਨੇ। ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਆਪਣੇ ਬ੍ਰਦਰ ਲਈ ਰਿਸ਼ਤਾ ਲੱਭ ਰਹੇ ਹੋ, ਤਾਂ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਏਗੀ ਕਿ ਚਾਹੇ ਉਹ ਪੰਜਾਬ 'ਚ ਰਹਿੰਦੇ ਨੇ ਪਰ ਉਹਨਾਂ ਨੂੰ ਅਬਰੋਡ ਦੇ ਵਿੱਚ ਵੀ ਆਸਾਨੀ ਨਾਲ ਰਿਸ਼ਤਾ ਮਿਲ ਸਕਦਾ ਜੀ। ਠੀਕ ਹੈ ਜੀ। ਬਾਕੀ ਸਾਡੇ ਡੇਟਾਬੇਸ ਦੇ ਵਿੱਚ ਬਹੁਤ ਸਾਰੇ ਕਲਾਇੰਟਸ ਐਸੇ ਹੁੰਦੇ ਨੇ ਜੋ ਇੰਡੀਆ ਤੋਂ ਹੀ ਰਿਸ਼ਤਾ ਲੱਭ ਰਹੇ ਹੁੰਦੇ ਨੇ, ਅਤੇ ਉਹਨਾਂ ਦੀ ਪ੍ਰੈਫਰੈਂਸ ਹੁੰਦੀ ਹੈ ਕਿ ਪੰਜਾਬ 'ਚ ਰਹਿੰਦਾ ਹੀ ਕੋਈ ਚੰਗਾ ਪਰਿਵਾਰ ਹੋਵੇ ਜਿਹਦੇ ਲੜਕਾ ਜਾਂ ਲੜਕੀ ਮਿਲ ਜਾਵੇ। ਅਤੇ ਬਹੁਤ ਸਾਰੇ ਪਰਿਵਾਰਾਂ ਦੀ ਖਾਸ ਕਰਕੇ ਡਿਮਾਂਡ ਹੁੰਦੀ ਹੈ ਜੀ ਕਿ ਸਾਨੂੰ ਲੜਕਾ ਜਾਂ ਲੜਕੀ ਹੈ ਜਿਹੜੇ ਉਹ ਇੰਡੀਆ ਤੋਂ ਹੀ ਹੋਣੇ ਚਾਹੀਦੇ ਨੇ। ਜੀ ਠੀਕ ਹੈ ਜੀ, ਕਾਲ ਕਰਨ ਦੇ ਲਈ ਸ਼ੁਕਰੀਆ ਤੁਹਾਡਾ। ਓਕੇ, ਥੈਂਕ ਯੂ ਮੈਮ। ਜੀ ਜੀ, ਧੰਨਵਾਦ ਜੀ। ਸੋ ਸਾਡੇ ਵੀਵਰਸ ਜਿਹੜੇ ਨੇ ਉਹ ਇਸ ਗੱਲ ਨੂੰ ਸਪੈਸ਼ਲੀ ਨੋਟ ਕਰ ਲੈਣ ਕਿ ਜੇਕਰ ਤੁਸੀਂ ਇੰਡੀਆ ਰਹਿੰਦੇ ਹੋ ਤਾਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ। NRI ਮੈਰਿਜ ਬਿਊਰੋ ਕੋਲ ਹਰ ਤਰ੍ਹਾਂ ਦੇ ਰਿਸ਼ਤੇ ਨੇ, ਅਤੇ ਕਿਸੇ ਵੀ ਤਰ੍ਹਾਂ ਦੇ ਰਿਸ਼ਤੇ ਲਈ ਤੁਸੀਂ ਸਾਨੂੰ ਹੁਣੇ ਕਾਲ ਕਰ ਸਕਦੇ ਹੋ। ਸਕਰੀਨ ਦੇ ਉੱਪਰ ਨੰਬਰ ਆ ਰਹੇ ਨੇ, ਆਪਣੀ ਕੁਐਰੀ ਜਿਹੜੀ ਆ ਉਹ ਤੁਸੀਂ ਸਾਡੇ ਨਾਲ ਗੱਲ ਕਰਕੇ ਉਸਦਾ ਸਲਿਊਸ਼ਨ ਪਾ ਸਕਦੇ ਹੋ।